ਮਲਕੀਤ ਸਿਉਂ ਕੇ ਘਰ ਅੱਜ ਤੀਜੀ ਪੰਚਾਇਤ ਸੀ। ਕਲੇਸ਼ ਰਾਤ ਦਾ ਹੀ ਪਿਆ ਹੋਇਆ ਸੀ। ਫੋਨ ਖੜਕ ਰਹੇ ਸਨ। ਇੱਕ ਦੂਜੇ ਤੋਂ ਦੂਰ ਹੋ ਫੋਨਾਂ 'ਤੇ ਕਾਨਾਫੂਸੀ ਹੋ ਰਹੀ ਸੀ। ਹਰਪ੍ਰੀਤ ਦੇ ਹੰਝੂ ਮੁੱਕ ਨਹੀਂ ਸੁੱਕ ਗਏ ਸਨ। ਅੱਖਾਂ ਥੱਲੇ ਕਾਲੇ ਹੋਏ ਘੇਰੇ ਅੰਦਰਲੀ ਡੂੰਘੀ ਮਾਨਸਿਕ ਪੀੜਾ ਨੂੰ ਗਵਾਹ ਬਣ ਦਰਸਾ ਰਹੇ ਸਨ। ਗੋਰੀਆਂ ਗੱਲਾਂ ਅੰਦਰ ਨੂੰ ਧੱਸ ਕੇ ਗੱਲਾਂ 'ਤੇ ਪੈਂਦੇ ਟੋਇਆਂ ਦੀ ਖੂਬਸੂਰਤੀ ਨੂੰ ਆਪਣੇ ਵਿੱਚ ਸਮਾ ਚੁੱਕੀਆਂ ਸਨ। ਅੱਖਾਂ ਦੀ ਚਮਕ ਹੰਝੂਆਂ ਦੇ ਨਾਲ ਹੀ ਵਹਿ ਗਈ ਸੀ। ਲੱਤਾਂ ਬਾਹਾਂ 'ਚੋਂ ਜਿਵੇਂ ਜਾਨ ਹੈ ਹੀ ਨਹੀਂ ਸੀ। ਜਿਹੜੀ ਹਰਪ੍ਰੀਤ ਊਰੀ ਵਾਂਗਰਾਂ ਘੁੱਕਦੀ ਸੀ, ਅੱਜ ਮੌਲੇ ਬਲਦ ਵਾਂਗ ਪੈਰ ਘਟੀਸ ਕੇ ਤੁਰ ਰਹੀ ਸੀ। ਹਰਪ੍ਰੀਤ ਦਾ ਵਿਆਹ ਮਲਕੀਤ ਸਿਉਂ ਮੁੰਡੇ ਬਿੰਦਰ ਨਾਲ 6 ਕੁ ਸਾਲ ਪਹਿਲਾਂ ਹੋਇਆ ਸੀ। 3 ਸਾਲ ਤਾਂ ਬੱਚਾ ਨਾ ਹੋਇਆ। ਦਵਾਈਆਂ ਬੂਟੀਆਂ ਕਰ ਕਰ ਥੱਕ ਹਾਰ 3 ਸਾਲਾਂ ਬਾਅਦ ਕੁੜੀ ਹੋਈ। 3 ਸਾਲਾਂ ਦੇ ਬਾਂਝ ਹੋਣ ਦੇ ਮਿਹਣਿਆਂ ਦੀ ਥਾਂ ਹੁਣ ਕੁੜੀ ਹੋਣ ਦਾ ਮਿਹਣਾ ਹੋ ਗਿਆ ਸੀ। ਸੱਸ ਜੈਲੋ ਨੂੰ ਮੁੰਡਾ ਚਾਹੀਦਾ ਸੀ। ਹੁੰਦੀ ਹਵਾਉਂਦੀ ਗੱਲ ਸਮਾਨ ਚੁਕਾਉਣ 'ਤੇ ਜਾ ਪਹੁੰਚੀ ਸੀ। ਜੈਲੋ ਹਰਪ੍ਰੀਤੀ ਦੇ ਕੰਮਾਂ ਤੋਂ ਨੁਕਸ ਕੱਢਦੀ ਕੱਢਦੀ ਗੁੱਤ ਬੱਟਣ 'ਤੇ ਪਹੁੰਚ ਗਈ ਸੀ। ਬੇਹੱਦ ਸ਼ਰੀਫ ਹਰਪ੍ਰੀਤੀ ਨੂੰ ਘਰੋਂ ਕੱਢਣ ਲਈ ਜੈਲੋ ਨੇ ਆਪਣੀ ਧੀ ਸਿਮਰੋ ਅਤੇ ਵੱਡੀ ਨੂੰਹ ਦੀ ਸਰਪ੍ਰਸਤੀ ਹਾਸਲ ਕਰ ਲਈ ਸੀ। ਵੱਡੀ ਨੂੰਹ ਚੁਸਤ ਚਲਾਕ ਨੇ ਆਪਣੀ ਭੈਣ ਨੂੰ ਹਰਪ੍ਰੀਤੀ ਦੀ ਥਾਂ ਵਸਾਉਣ ਦਾ ਆਪਣਾ ਤਾਣਾ ਬਾਣਾ ਬੁਣ ਲਿਆ ਸੀ। ਹਰਪ੍ਰੀਤ ਦੀ ਨਨਾਣ ਚੰਗੇ ਘਰ ਵਿਆਹੀ ਸੌਖੀ ਸੀ। ਮਾਂ ਦੇ ਹੁੰਦੇ ਤੜਕੇ ਆਥਣ ਦੇ ਫੋਨਾਂ ਨੇ ਸਿਮਰ ਦੀ ਮੱਤ ਮਾਰ ਦਿੱਤੀ ਸੀ। ਉਸਨੇ ਵੀ ਮਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ। ਯੋਜਨਾ ਵਿੱਚ ਸ਼ਾਮਲ ਹੋ ਗਈ ਸੀ। ਚੁੜੇਲ ਵਰਗੀ ਸੱਸ ਜੈਲੋ ਨਾਲ ਹਰਪ੍ਰੀਤੀ ਨੇ ਹਰ ਤਰੀਕੇ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੇਸ਼ ਨਾ ਗਈ। ਘਰ ਵਿੱਚ ਜੈਲੋ ਦਾ ਹੀ ਵਾਰਾ ਪਹਿਰਾ ਸੀ। ਬਿੰਦਰ ਸਿੰਧਾ ਅਤੇ ਮਲਕੀਤ ਤਿੰਨੇ ਪਿਓ ਪੁੱਤ ਬੱਕਰੀਆਂ ਸਨ ਜੈਲੋ ਮੂਹਰੇ। ਕੀ ਮਜਾਲ ਜੇ ਸਾਹ ਵੀ ਉੱਚਾ ਲੈ ਲੈਣ। ਜੇ ਕਿਤੇ ਮਲਕੀਤ ਮਾੜੀ ਮੋਟੀ ਹੀਲ ਹੁੱਜਤ ਕਰਦਾ ਵੀ ਤਾਂ ਜੈਲੋ ਦਾ ਪਾਇਆ ਸਿਆਪਾ ਕਈ ਦਿਨ ਮਲਕੀਤ ਸਿਉਂ ਦੀ ਰੇਲ ਬਣਾਈ ਰੱਖਦਾ। ਰਹਿੰਦਾ ਖੂੰਦਾ ਬਲਦੀ ਅਤੇ ਤੇਲ ਵੱਡੀ ਨੂੰ ਗੁਰਮੇਲ ਕੌਰ ਪਾਉਂਦੀ। ਅਸਲ ਵਿੱਚ ਪੇਕਿਆਂ ਤੋਂ ਮਿਲੀ 10 ਕਿੱਲੇ ਜ਼ਮੀਨ ਨੇ ਜੈਲੋ ਵਿੱਚ ਹੰਕਾਰ ਨੱਕੋ ਨੱਕ ਭਰ ਦਿੱਤਾ ਸੀ। ਮਲਕੀਤ ਵੀ ਇਸੇ ਚੇਪ 'ਚ ਦਬਿਆ ਪਿਆ ਸੀ। ਵੱਡੀ ਨੂੰ ਫੱਫੇ ਕੁੱਟਣੀ ਨੇ ਸੱਸ ਨੂੰ ਹੱਥ ਵਿੱਚ ਕੀਤਾ ਹੋਇਆ ਸੀ। ਰਹਿ ਗਈ ਇਕੱਲੀ ਹਰਪ੍ਰੀਤੀ ਮਜ਼ਲੂਮ ਵਿਚਾਰੀ। ਇੱਕ ਤਾਂ ਪੇਕਿਆਂ ਤੋਂ ਕਮਜ਼ੋਰ ਅਤੇ ਦੂਜਾ ਸੁਭਾਅ ਤੋਂ ਨਰਮ ਹਰਪ੍ਰੀਤੀ ਕਸਾਈਆਂ ਦੇ ਵੱਸ ਪੈ ਗਈ ਸੀ। ਜਿਹੜੇ ਉਹਨੂੰ ਵੱਢਦੇ ਨਹੀਂ ਤਾਂ ਉਚੋੜਦੇ ਰੋਜ਼ ਸੀ। ਹਰਪ੍ਰੀਤ ਦੇ ਦਿਮਾਗ 'ਤੇ ਬੋਝ ਪੈਣ ਦੀ ਕੋਈ ਕਸਰ ਨਹੀਂ ਸੀ। ਉਹਨੂੰ ਘਰੋਂ ਨਿਕਲਣ ਦਾ ਓਡਾ ਦੁੱਖ ਨਹੀਂ ਸੀ ਜਿੰਨਾ ਮਾਸੂਮ ਧੀ ਦਾ। ਧੀ ਦੇ ਭਵਿੱਖ ਦੀ ਚਿੰਤਾ ਉਹਨੂੰ ਵੱਡ ਵੱਡ ਖਾ ਰਹੀ ਸੀ। ਕਿਸੇ ਨਤੀਜੇ 'ਤੇ ਪਹੁੰਚ ਸਕਣ ਦੀ ਸਮਰੱਥਾ ਵੀ ਹੁਣ ਜਿਵੇਂ ਉਸ ਵਿੱਚ ਨਹੀਂ ਸੀ। ਉਸਨੂੰ ਕੁਝ ਵੀ ਨਹੀਂ ਸੀ ਸੋਝ ਰਿਹਾ ਕਿ ਕੌਣ ਕੀ ਸਵਾਲ ਕਰੇਗਾ ਅਤੇ ਉਸਦਾ ਕੀ ਜਵਾਬ ਦੇਵਾਂਗੀ, ਕੀ ਪੇਕੇ ਕਰਨਗੇ ਅਤੇ ਕੀ ਇਹ ਫੈਸਲਾ ਲੈਣਗੇ। ਹਰਪ੍ਰੀਤ ਇਸ ਕੰਜਰ ਕਲੇਸ਼ ਵਿੱਚ ਕਦੋਂ ਦੀ ਮਰ ਮੁੱਕ ਗਈ ਹੁੰਦੀ ਜੇਕਰ ਉਸਦੀ ਮਾਸੂਮ ਕੁੜੀ ਮਹਿਕ ਨਾ ਹੁੰਦੀ। 11 ਕੁ ਵਜੇ ਪੰਚਾਇਤ ਜੁੜਨੀ ਸ਼ੁਰੂ ਹੋ ਗਈ। ਪਿੰਡ ਦਾ ਸਰਪੰਚ, 2-3 ਮੈਂਬਰ, ਜੈਲੋ ਦੀ ਕੁੜੀ ਸਿਮਰ ਅਤੇ ਉਸਦਾ ਘਰਵਾਲਾ ਜਗਸੀਰ ਸਿੰਘ, ਹੋਰ ਘਰਾਂ ਦੇ ਮੋਤਬਾਰ ਬੰਦੇ ਅਤੇ ਕੁਛ ਤਮਾਸ਼ਬੀਨ। ਥੋੜ੍ਹੇ ਚਿਰ ਬਾਅਦ ਹੀ ਹਰਪ੍ਰੀਤੀ ਦੇ ਪੇਕੇ ਵੀ ਭਰੇ ਪੀਤੇ ਪਹੁੰਚ ਗਏ। ਉਹਨਾਂ ਨਾਲ ਵੀ ਉਹਨਾਂ ਦਾ ਸਰਪੰਚ ਸੀ। ਇਕੱਲੀ ਜੈਲੋ ਤੋਂ ਬਿਨਾਂ ਸਾਰੇ ਚੁੱਪ ਬੈਠੇ ਸਨ। ਕਿਸੇ ਮੌਤ ਵਰਗੀ ਚੁੱਪ, ਕਿਸੇ ਸੱਥਰ ਵਰਗੀ ਚੁੱਪ, ਸ਼ਮਸ਼ਾਨ ਵਰਗੀ ਚੁੱਪ। ਪਰ ਜੈਲੋ ਆਪ ਮੁਹਾਰੇ ਹੀ ਬੁੜਬੁੜ ਕਰਦੀ ਫਿਰ ਰਹੀ ਸੀ। ਹਰਪ੍ਰੀਤ ਦੇ ਪਿਤਾ ਅਤੇ ਮੋਤਬਾਰ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਜਿਹਦਾ ਜਵਾਬ ਸਰਪੰਚ ਤੋਂ ਬਿਨਾਂ ਕਿਸੇ ਨੇ ਨਹੀਂ ਦਿੱਤਾ। ਜਿਵੇਂ ਸਾਰੇ ਹੀ ਹਰਪ੍ਰੀਤੀ ਨੂੰ ਘਰੋਂ ਕੱਢਣ ਲਈ ਕਾਹਲੇ ਸਨ। ਜੈਲੋ ਦੇ ਪੱਖੀ ਸਨ, ਉਹਦੇ ਭਗਤ ਸਨ, ਜਾਂ ਫਿਰ ਜੈਲੋ ਦੀ ਕਰਾਮਾਤ ਦਾ ਹੀ ਅਸਰ ਸੀ। ਵੱਡੀ ਨੂੰਹ ਨੇ ਪਾਣੀ ਫੜਾਇਆ, ਚਾਹ ਧਰ ਲਈ, ਪਰ ਕੰਨ ਉਹਦਾ ਇੱਧਰੇ ਹੀ ਸੀ। ਜੈਲੋ ਨੂੰ ਕੋਈ ਅਲੌਕਿਕ ਖੁਸ਼ੀ ਨੇ ਮਦਹੋਸ਼ ਕੀਤਾ ਹੋਇਆ ਸੀ। ਉਹ ਇਉਂ ਭੱਜ ਰਹੀ ਸੀ ਜਿਵੇਂ ਕੋਈ ਵਿਆਹ ਹੋਵੇ, ਜਿਵੇਂ ਜੰਨ ਬੂਹੇ ਆਣ ਖਲੋਤੀ ਹੋਵੇ, ਜਿਵੇਂ ਮੇਲੇ ਜਾਣਾ ਹੋਵੇ, ਜਿਵੇਂ ਹਥੇਲੀ 'ਚੋਂ ਕੰਡੇ ਨੇ ਨਿਕਲ ਜਾਣਾ ਸੀ, ਧੰਦਾ ਨਿਬੇੜ ਕੇ ਸੁਰਖਰੂ ਹੋ ਜਾਣਾ ਸੀ, ਜਾਂ ਘੋੜੇ ਵੇਚ ਕੇ ਸੌਂ ਜਾਣਾ ਸੀ, ਮਣਾ ਮੂਹੀ ਭਾਰ ਅੱਜ ਲੈ ਜਾਣਾ ਸੀ। ਜੈਲੋ ਖੁਸ਼ ਪਰ ਚੁਕੰਨੀ ਸੀ, ਸੱਤਾਂ ਪਤਨਾਂ ਦੀ ਤਾਰੂ ਸੀ। ਸਰਪੰਚ ਨੇ ਗੱਲ ਸ਼ੁਰੂ ਕੀਤੀ, ਹਾਂ ਬਈ ਮਲਕੀਤ ਸਿਆਂ, ਕੀ ਏਡਾ ਰੌਲਾ, ਆਹ ਤੀਜੀ ਪੰਚਾਇਤ ਹੋ ਗਈ ਯਾਰ, ਚੰਗੇ ਲੱਗਦੇ ਹਾਂ ਆਪਾਂ ਧੀਆਂ ਭੈਣਾਂ ਵਾਲੇ ਟੱਬਰ ਹਾਂ ਯਾਰ, ਨਿਬੇੜੋ ਯਾਰ, ਮੈਨੂੰ ਤਾਂ ਅਜੇ ਤੱਕ ਤੁਹਾਡੇ ਰੌਲੇ ਦੀ ਸਮਝ ਨਹੀਂ ਆਈ। ਰੌਲਾ ਕੀ ਹੈ ਅਸਲ ਵਿੱਚ? ਰੌਲਾ ਤਾਂ ਕੋਈ ਨਹੀਂ ਸਰਪੰਚ, ਮਲਕੀਤ ਦੇ ਹਾਲੇ ਗੱਲ ਮੂੰਹ 'ਚ ਸੀ ਕਿ ਜੈਲੋ ਚੱਲ ਪਈ। ਸਰਪੰਚਾ ਤੂੰ ਪੁੱਛ ਰੌਲਾ ਹੈ ਕੀ ਨਹੀਂ, ਬਸ 100 ਦੀ 1, ਅਸੀਂ ਇਹਨੂੰ ਬੈਤਲ ਨੂੰ ਘਰੇ ਨਹੀਂ ਰੱਖਣਾ, ਬਸ ਬਹੁਤ ਹੋ ਗਈ। ਨਪੋਤਿਆਂ ਦੇ ਸਾਡੇ ਹੀ ਕਰਮ ਮਾੜੇ ਸੀ ਜਿਹੜੀ ਇਹ ਗਏ ਘਰ ਦੀ ਸਾਡੀ ਦੇਹਲੀ ਟੱਪ ਆਈ, ਨਾ ਮੂੰਹ ਨਾ ਮੱਥਾ, ਕੰਜਰਾਂ ਦੀ ਖੁਸ
ਜਾਂ ਸਾਡੇ ਮੱਥੇ ਆਣ ਵੱਜਿਆ। ਨਾ ਚੱਜ ਦੀ ਨਾ ਹਾਲ ਦੀ ਔਤਰੀ ਨੂੰ ਰੋਟੀ ਸਿੱਧੀ ਨਹੀਂ ਪਕਾਉਣੀ ਆਉਂਦੀ, ਲੰਮੀਆਂ ਪਲਾਂਘਾਂ ਵਾਲੀ ਕੰਜ। ਮੈਥੋਂ ਹੁਣ ਹੋਰ ਮੂੰਹ ਨਾ ਕਢਾ ਸਰਪੰਚਾ, ਬਸ ਅਸੀਂ ਤਾਂ ਸਮਾਨ ਚੁਕਾਉਣਾ। ਜੇ ਸਰਕਾਰੀ ਦੁਬਾਰੇ ਚੜ੍ਹਨਾ ਉਵੇਂ ਆ ਜਾਣ, ਇਹਨਾਂ ਦੀਆਂ ਸੱਤ ਪੁਸ਼ਤਾਂ ਯਾਦ ਨਾ ਕਰਨ ਤਾਂ ਮੈਨੂੰ ਜੇਲੋ ਕਿਹੜਾ ਆਖੂ। ਜੈਲੋ ਨੇ ਨਾਸਾਂ ਫੰਕਾਰੀਆਂ, ਕੁੜੀ ਨਾਲ ਲਿਜਾਣੀ ਨਾਲ ਲੈ ਜੇ, ਨਹੀਂ ਅਸੀਂ ਆਪੇ ਸਿਆਪਾ ਕਰ ਦਿਆਂਗੇ ਇਹਦਾ, ਸੁਣ ਗਿਆ। ਜੈਲੋ ਨੇ ਸੁਣਵਾਈ ਦਲੀਲ ਤੇ ਖੁਦ ਹੀ ਫੈਸਲਾ ਦਿੰਦਿਆਂ ਕਿਹਾ। ਜੈਲੋ ਮਾਮਲੇ ਨੂੰ ਪਖਾਉਣਾ ਚਾਹੁੰਦੀ ਸੀ, ਲੋਹੇ ਨੂੰ ਗਰਮ ਕਰ ਢੰਗਾ ਮੋੜਨਾ ਚਾਹੁੰਦੀ ਸੀ ਆਪਣੀ ਮਰਜ਼ੀ ਨਾਲ, ਜੋ ਠੰਡੇ ਤੇ ਸੱਟ ਮਾਰਿਆਂ ਬਿਲਕੁਲ ਵੀ ਨਾਮੁਮਕਿਨ ਸੀ। ਜੈਲੋ ਲੁਹਾਰ ਵਾਲੀ ਇੱਕ ਹੀ ਮਾਰਨਾ ਚਾਹੁੰਦੀ ਸੀ। ਹਰਪ੍ਰੀਤ ਦੀ ਡੁਸਕਦੀ ਦੀ ਮੱਲੋ ਮੱਲੀ ਆਵਾਜ਼ ਉੱਚੀ ਹੋ ਗਈ। ਵੀਰ ਜੀ ਮੈਂ ਨਹੀਂ ਜਾਣਾ ਕਿਤੇ, ਮੈਨੂੰ ਦੋ ਸੁੱਕੀਆਂ ਰੋਟੀਆਂ ਦੇ ਦੇਣ, ਮੈਂ ਆਪਦੀ ਧੀ ਪਾਲ ਲੂੰ, ਉਹ ਵਾੜੇ 'ਚ ਛੱਪੜ 'ਚ ਰਹਿ ਲਵਾਂਗੀ। ਹਰਪ੍ਰੀਤ ਦਾ ਜਿਵੇਂ ਬਸ ਪਹਿਲਾ ਅਤੇ ਆਖਰੀ ਹੱਲਾ ਇੰਨਾ ਕੁ ਹੀ ਸੀ। ਹੌਂਕਿਆਂ ਨੇ ਉਹਨੂੰ ਅੱਗੇ ਬੋਲਣ ਨਾ ਦਿੱਤਾ, ਸ਼ਾਇਦ ਇੰਨੇ ਕੁ ਸ਼ਬਦ ਵੀ ਉਸਨੇ ਮਸਾਂ ਹੀ ਇਕੱਠੇ ਕੀਤੇ ਸਨ, ਬੋਲੇ ਸਨ। ਉਸਦਾ ਸਾਹ ਸੱਤ ਖਤਮ ਸੀ, ਉਹ ਜਿਵੇਂ ਬਿਨ ਸਾਹਾਂ ਤੋਂ ਪਿੰਜਰ ਸੀ, ਜਿਹੜਾ ਜੈਲੋ ਦੀ ਰਹਿਮ ਦਿਲੀ 'ਤੇ ਨਿਰਭਰ ਸੀ, ਜੋ ਕਿ ਉਸਦਾ ਵਹਿਮ ਸੀ। ਉਸੇ ਜੈਲੋ ਵੱਲ ਤਿਹਾਈਆਂ ਨਜ਼ਰਾਂ ਨਾਲ ਵੇਖ ਰਹੀ ਸੀ, ਜਿਹੜੀ ਉਹਦਾ ਬਿਸਤਰਾ ਗੋਲ ਕਰਨ ਲਈ ਪੱਬਾਂ ਭਾਰ ਸੀ, ਜਿਹੜੀ ਅਜੇ ਵੀ ਝੋਟਿਆਂ ਵਾਲੇ ਘਰੋਂ ਲੱਸੀ ਦੀ ਆਸ ਲਈ ਬੈਠੀ ਸੀ। ਤੂੰ ਖੜ ਜਾ ਕੇਰਾਂ ਖੇਖਣ ਹਾਰੀਏ, ਚਗਲੇ ਅਸੀਂ ਤੇਥੋਂ ਧਾਰਾਂ ਕਢਾਉਣੀਆਂ, ਰਹਿ ਲੂਗੀ ਇਹ ਛੱਪਰ 'ਚ, ਉੱਥੇ ਲਾਊ ਇਹ ਮੁੰਡਿਆਂ ਦਾ ਢੇਰ ਜੰਮ ਕੇ, ਤੇਰੇ ਨਾਲ ਤਾਂ ਚੰਗੀਆਂ ਜਿਹੜੀਆਂ ਕਤੂਰੇ ਜੰਮ ਲੈਂਦੀਆਂ। ਜੈਲੋ ਹਰਪ੍ਰੀਤੀ ਦੇ ਮਾਰਨ ਨੂੰ ਉਲਰੀ ਤਾਂ ਪੇਕਿਓਂ ਆਏ ਦੋ ਮੁੰਡੇ ਉੱਠ ਖੜ੍ਹੇ ਹੋਏ। ਮਾਸੀ ਹੱਥ ਨਾ ਲਾ ਬੈਠੀ, ਲਾਸ਼ਾਂ ਵਿਸ ਜਾਣਗੀਆਂ, ਤੂੰ ਤਾਂ ਸਾਡੇ ਸਾਹਮਣੇ ਨਹੀਂ ਹਟਦੀ, ਮਗਰੋਂ ਕੀ ਕੁਛ ਕਰਦੀ ਹੋਵੇਂਗੀ। ਹੈਂ ਸਰਪੰਚ ਸਾਹਿਬ ਨਿਬੇੜੋ, ਅਸੀਂ ਨਹੀਂ ਛੱਡਣੀ ਆਪਣੀ ਭੈਣ ਇੱਥੇ, ਤੂੰ ਬੱਕਰੀ ਬਣਿਆ ਬੈਠਾ ਸਾਲਿਆ, ਉਦੋਂ ਸਿਹਰੇ ਬੰਨ ਕੇ ਜਾ ਖੜ੍ਹਾ ਸੀ। ਇੱਕ ਭਰਾ ਨੇ ਬਿੰਦਰ ਵੱਲ ਇਸ਼ਾਰਾ ਕੀਤਾ, ਪਰ ਬਿੰਦਰ ਨੇ ਨੀਵੀਂ ਪਾ ਲਈ। ਚਲੋ ਭਾਈ ਦੱਸੋ ਫਿਰ ਕਿਵੇਂ ਕਰਨੀ ਆ, ਸਰਪੰਚ ਨੇ ਹਰਪ੍ਰੀਤੀ ਦੇ ਬਾਪ ਵੱਲ ਨਿਗਾਹ ਘੁਮਾਈ। ਸਰਪੰਚ ਜਿਵੇਂ ਮਾਮਲਾ ਜਾਣ ਚੁੱਕਿਆ ਸੀ, ਜਾਂ ਫਿਰ ਉਹ ਜੈਲੋ ਦੇ ਸੁਭਾਅ ਤੋਂ ਜਾਣੂ ਸੀ। ਦੇਖ ਲਓ ਸਰਪੰਚ ਸਾਹਿਬ, ਹਰਪ੍ਰੀਤੀ ਦਾ ਬਾਪੂ ਰੋਣ ਹਾਕਾ ਹੋਇਆ ਬੈਠਾ ਸੀ। ਬਾਪ ਬਹੁਤਾ ਹੀ ਭਲਾ ਪੱਧਰ ਇਨਸਾਨ ਸੀ, ਕੋਈ ਵਾਲ ਫੇਰ ਨਹੀਂ ਸੀ, ਸਿੱਧ ਪੱਧਰਾ ਜੱਟ ਵਾਹੀਵਾਨ। ਕੋਈ ਨਹੀਂ, ਕਰਦੇ ਹਾਂ ਗੱਲ, ਕੋਈ ਗੱਲ ਟਿਕਾ ਕੇ ਦੇਖਦੇ ਹਾਂ, ਜੇ ਗੱਲ ਟਿਕ ਜੇ ਤਾਂ ਤੁਸੀਂ ਚਾਹ ਪੀਓ, ਪ੍ਰਾਹੁਣਾ ਜਗਸੀਰ ਸਿੰਘ ਬੋਲਿਆ, ਜਿਹੜਾ ਚੁੱਪ ਚਾਪ ਹੁਣ ਤੱਕ ਸਭ ਕੁਛ ਸੁਣ ਰਿਹਾ ਸੀ। ਹਰਪ੍ਰੀਤ ਦੀ ਨਣਾਨ ਅਤੇ ਵੱਡੀ ਜਠਾਣੀ ਰਸੋਈ ਵਿੱਚ ਹੌਲੀ ਹੌਲੀ ਘੁਸਮੁਸ ਕਰ ਰਹੀਆਂ ਸਨ। ਜੈਲੋ ਬਾਹਾਂ ਚੌੜੀਆਂ ਕਰੀ ਥਾਣੇਦਾਰ ਵਾਂਗ ਸਾਰਿਆਂ ਦੇ ਜਿਵੇਂ ਸਿਰ 'ਤੇ ਖੜ੍ਹੀ ਸੀ। ਨਹੀਂ ਆ ਵੀਰ ਜੀ, ਹੁਣ ਕੀ ਟਿਕਾਉਣੇ ਟਿਕਾਉਣਿਆਂ ਕਰੀ ਜਾਂਦੇ ਆ, ਗੱਲ ਨਿਬੜਦੀ ਆ ਸਗੋਂ। ਵੱਡੀ ਨੂੰ ਗੁਰਮੇਲ ਕੌਰ ਨੇ ਨਣਾਨ ਸਿਮਰ ਨੂੰ ਜਿਵੇਂ ਉਲਾਂਭਾ ਦਿੱਤਾ, ਨਾ ਉਹ ਤਾਂ ਬਸ ਐਵੇਂ ਹੀ ਕਹਿੰਦੇ ਹੋਣਗੇ, ਉਹ ਤਾਂ ਘੱਟ ਹੀ ਦਖਲ ਦਿੰਦੇ ਹੁੰਦੇ ਆ ਕਿਸੇ ਦੇ ਮਾਮਲੇ 'ਚ। ਸਿਮਰ ਨੇ ਇੱਕ ਤਰ੍ਹਾਂ ਆਪਣੇ ਘਰ ਵਾਲੇ ਦੀ ਤਰਫਦਾਰੀ ਅਤੇ ਨਾਲ ਤਾਰੀਫ ਕੀਤੀ। ਚਾਹ ਪੀਤੀ ਗਈ, ਬਹੁਤੀ ਬਹਿਸਬਾਜ਼ੀ ਤੋਂ ਬਿਨਾਂ ਹੀ ਦੋਨੇ ਧਿਰਾਂ ਤਲਾਕ 'ਤੇ ਸਹਿਮਤ ਹੋ ਗਈਆਂ। ਦਾਜ ਦੇ ਸਮਾਨ ਤੋਂ ਬਿਨਾਂ 3 ਲੱਖ ਰੁਪਇਆ ਨਕਦ ਖਰਚੇ ਦਾ, 5 ਲੱਖ ਕੁੜੀ ਦੇ ਨਾਮ ਕਰਾਉਣ 'ਤੇ ਸਹਿਮਤੀ ਹੋਈ। ਅਚਾਨਕ ਬਾਹਰੋਂ ਘਰ ਦਾ ਵੱਡਾ ਦਰਵਾਜ਼ਾ ਖੜਕਿਆ, 1 ਵਾਰ 2 ਵਾਰ 3 ਵਾਰ ਠੱਕ ਠੱਕ ਠੱਕ। ਸਾਰਿਆਂ ਦਾ ਧਿਆਨ ਉੱਧਰ ਗਿਆ, ਕਿਉਂਕਿ ਸਾਰੇ ਬੰਦੇ ਬਾਹਰ ਵਿਹੜੇ ਵਿੱਚ ਹੀ ਬੈਠੇ ਸਨ। ਬਿੰਦਰ ਨੇ ਦਰਵਾਜ਼ਾ ਖੋਲ੍ਹਿਆ, ਖਾਕੀ ਕੱਪੜਿਆਂ ਵਿੱਚ ਕੋਈ ਅਦਾਲਤ ਦਾ ਪਿਆਦਾ ਸੀ। ਬਾਈ ਜੀ, ਮਲਕੀਤ ਸਿੰਘ ਦਾ ਘਰ ਇਹੀ ਆ? ਹਾਂਜੀ ਹਾਂਜੀ, ਆ ਜਾਓ, ਇੱਥੇ ਹੀ ਆ ਜਾਓ, ਦੱਸੋ ਕੀ ਕੰਮ ਆ? ਮਲਕੀਤ ਸਿਉਂ ਨੇ ਉੱਥੇ ਹੀ ਖੜ੍ਹੇ ਹੋ ਕੇ ਕਿਹਾ। ਜੈਲੋ ਵਾਕੇ ਮੂਹਰੇ ਹੋਈ, ਕੀ ਆਵੇ ਭਾਈ, ਕੌਣ ਆ ਤੂੰ, ਕੀ ਕੰਮ ਆ? ਬੀਬੀ ਜੀ, ਸਿਮਰਜੀਤ ਕੌਰ ਪੁੱਤਰੀ ਮਲਕੀਤ ਸਿੰਘ ਦੇ ਸੰਮਨ ਹਨ। ਸਿਮਰਜੀਤ ਜਾਂ ਮਲਕੀਤ ਸਿੰਘ ਨੂੰ ਬੁਲਾਓ। ਸੰਮਣਾ ਦਾ ਨਾਂ ਸੁਣ ਕੇ ਜੈਲੋ ਦਾ ਗਲਾ ਖੁਸ਼ਕ ਹੋ ਗਿਆ, ਉਹ ਮਸਾਂ ਹੀ ਬੋਲੀ, ਸੰਮਣ? ਵੇ ਭਾਈ, ਕਾਹਦੇ ਸੰਮਣ, ਕੀ ਕੀਤਾ ਮੇਰੀ ਧੀ ਨੇ? ਜੈਲੋ ਨੂੰ ਜਿਵੇਂ ਕੁਝ ਸੋਝ ਹੀ ਨਹੀਂ ਸੀ ਰਿਹਾ। ਹਾਂ ਮਾਈ, ਸੰਮਣ, ਤਲਾਕ ਦਾ ਕੇਸ ਕੀਤਾ ਤੁਹਾਡੇ ਜਵਾਈ ਨੇ ਤੁਹਾਡੀ ਧੀ 'ਤੇ, ਪਰਸੋਂ ਤਰੀਕ ਆ, ਆਪਣਾ ਵਕੀਲ ਕਰੋ ਅਤੇ ਤਰੀਕ 'ਤੇ ਹਾਜ਼ਰ ਹੋਵੋ। ਹੈਂ, ਤਲਾਕ ਕਿਉਂ? ਜੈਲੋ ਨੂੰ ਧਰਤੀ ਬਸਾਰ ਵਰਗੀ ਦਿਖਣ ਲੱਗੀ, ਲੱਤਾਂ ਕੰਬਣ ਲੱਗੀਆਂ। ਬਾਕੀ ਸਾਰੇ ਵੀ ਸੁਣ ਕੇ ਹੈਰਾਨ ਹੋ ਗਏ ਕਿ ਇਹ ਕੀ ਨਵਾਂ ਹੀ ਟਟਵੈਰ ਖੜ੍ਹਾ ਹੋ ਗਿਆ। ਸਿਮਰ ਅਤੇ ਗੁਰਮੇਲ ਕੌਰ ਵੀ ਬਾਹਰ ਆ ਗਈਆਂ। ਵੇ ਪੁੱਤ ਜਗਸੀਰ ਸਿਆਂ, ਇਹ ਕੀ ਆ? ਵੇ ਭਾਈ, ਤੂੰ ਗਲਤ ਘਰੇ ਤਾਂ ਨਹੀਂ ਆ ਗਿਆ? ਕਿਸੇ ਹੋਰ ਪਿੰਡ ਨਹੀਂ ਸੀ ਜਾਣਾ ਤੂੰ? ਜੈਲੋ ਦੇ ਮੂੰਹ ਦਾ ਰੰਗ ਪਲ ਪਲ ਬਦਲ ਰਿਹਾ ਸੀ, ਪੀਲਾ ਪੈ ਰਿਹਾ ਸੀ, ਚਿੱਤ ਕੱਚਾ ਹੋਣ ਲੱਗਿਆ, ਚੱਕਰ ਆਉਣ ਲੱਗੇ, ਕੰਧ ਦਾ ਆਸਰਾ ਲੈ ਪੁੰਜੇ ਹੀ ਬੈਠ ਗਏ। ਨਹੀਂ ਮਾਈ, ਇਹ ਝੂਠ ਨਹੀਂ, ਮੈਂ ਸੱਚਮੁੱਚ ਹੀ ਤਲਾਕ ਲੈ ਰਿਹਾ ਤੁਹਾਡੀ ਕੁੜੀ ਤੋਂ, ਮੈਂ ਬਹੁਤ ਬਰਦਾਸ਼ਤ ਕਰ ਚੁੱਕਿਆ, ਮੈਨੂੰ ਇਹਦੇ ਚਾਲ ਚੱਲਣ 'ਤੇ ਸ਼ੱਕ ਆ, ਸਾਰਾ ਦਿਨ ਇਹ ਕਿਸੇ ਨਾਲ ਫੋਨ 'ਤੇ ਗੱਲਾਂ ਕਰਦੀ ਰਹਿੰਦੀ ਆ।
वे पुत वह तो मेरे नाल ही करती है गल्ला। वे पुत मेरिया तू आए ना कर, मेरा पुत आपदा घर ना पट, मेरी ती किसी पासे जोगी भी नहीं रहनी। बौड़ी वे पिंडा वे सरपंचा समझावे इनू, वे लोको मैं पट्टी गई वे। जैलो बैठी बैन पौन लग गई, जैलो दे मूँह तो मक्खी नहीं सी उड़ रही। माई हुण तां सरकार ही निबेड़ू, परसों आ जायो, मैं इनू हुण लैके भी नहीं जाना, इत्थे ही रहू। भलमान सी नाल तलाक दे पेपरां ते दस्तखत करो। वे पुत वे मैं तेरे पैरी पैनी हाँ। वे ना वे मेरी धी का घर पट। तो जैलो उठ के जगसीर सिंह दे पैरां विच गोड्यां भार आन डिगी। आसमानों डिगी बिजली वांग सिमर भी खड़ी खड़ोती बुत बन गई। मूँह तो हवाइया उड्डन लगियां, रंग काला पै गया, लहू का दबा घटन लग गया। अचानक आई आफत ने सुध बुध गवा दिती। उन्हूं होर तां कुछ ना सुझिया, भज के गड्डी विच जा बैठी। मैं तां जाणा, कमल घुटन लगी, शुदाई हो गई। देख माई ये खेखन नहीं चलने, सीधे होके तलाक दिओ ते मैनू फारग करो। जगसीर सिंह एक लाते सी ना वे शेरा, आ चाल चलन वाली गल दी तां मैं गरंटी दिना। अखीर सरपंच ने सहती दिती, नहीं चाचा जी, जिहड़े नंबर ते यह गल करदी आ उह तुहाडे पिंड दे किसे मुंडे दे नाम ते आ। आ देखो डिटेल। जगसीर ने जेब चों 3 वर्कियां दी फोन कॉल दी डिटेल दिखाई, जिस ते 90% एक ही नंबर तों फोन आए सन। सरपंच ने डिटेल पढ़ के सिर मारिया ते खड़ा हो गया। लो भाभी जी, साढ़े वसों तां बाहर हो गया काम, तुहाडे घर दा मसला इह, तुसीं संभालो, असीं हुण चलदे हाँ। जैलो दी म्यांक निकल गई, सरपंच नूं बांह तों फड़ के बिठा लिया, जिवें सरपंच रब सी। सरपंच चला गया तां घर ने उजड़ ही जाणा सी। जिहड़े सरपंच नूं हरप्रीत नूं घरों कढ़न लई बुलाया सी, हुण उसे सरपंच दियां अपने धी दा घर उजड़ नूं बचाउण लई लेलड़ियां कढ रही सी जैलो। वे सरपंचा बचा लै वे, वे असीं तां पट्टे गए वे, उजड़ गए वे, वे मैं किसी नूं मूँह दिखाउण जोगी नहीं रहना। वे ना वह किसी की धी नहीं जिन्हों बिना गलों घरों कढ़न लगी हाँ, हुण तेरी धी का घर उजड़दा। जगसीर ने होर गर्म हुंदियां कहा, एक शर्त ते राजीनामा हो सकदा माई। जगसीर सिंह हुण गल नूं बहुती लमकाउणा भी उचित नहीं सी समझदा। वे मैं सारियां मन्नूं भावें 100 कह लै। जैलो पानी बन गई सी, जैलो मोम सी जिधर मर्जी ढाल लवो, ते फिर जैलो गुन्ने आटा सी जिस दी चिड़ी बनाओ चाहे मोर। शर्त यह है कि हुण मैं चलिया, परसों तक का टाइम है तुहाडे कोल। पहले नंबर ते बिंदर दे हिस्से आउंदी अद्धी जमीन यानी सारी जमीन का चौथा हिस्सा हरप्रीत दे नाम कराऊंगे। दूजा नंबर इन्हां लई कल तो ही अलग वाड़े विच घर पाउणा शुरू करूंगे। नंबर 3, तुसीं सारा टब्बर हरप्रीत दे मापियां दे पैरियां हथ लाऊंगे ते माफ़ी मंगोगे। उस तो बाद मैं सिमर नूं इत्थों आ के लै जावांगा। बोलो, मंजूर है कि नहीं? जगसीर होर भी उच्ची आवाज़ विच बोलिया, हाँ हाँ हाँ, मंजूर आ पुत, मंजूर आ, हाँ मंजूर आ, मैनू सब मंजूर आ। बस मेरी धी नूं तत्ती वाह ना लगे। तो जैलो हथ बन उन्ना चर खड़ोती रही जिन्ना चर मलकीत ने उन्हूं फड़ के ना बिठाया। सो इस कहानी बारे तुसी भी अपने विचार कमेंट बॉक्स में जरूर लिखियो। कहानी किवें दी लगी, लाइक शेयर जरूर करियो, चैनल नूं भी सबसक्राइब कर लो जे तुसी पहली बार देख रहे हो। तो बाकी कहानियां भी चैनल उपर जाके जरूर सुनियो, मैनूं उम्मीद है तुहानूं भी बहुत पसंद आउणगियां। इसी तरह प्यार दिंदे रहो, लाइक शेयर करदे रहो। समां कढ़न लई कहानी सुनने लई बहुत बहुत धन्नवाद।